ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਪੰਜਾਬ ਦੇ ਵਿੱਚ ਭਰਤੀਆਂ ਦਾ ਧਮਾਕਾ ਨਿਕਲ ਕੇ ਆ ਚੁੱਕਾ ਹੈ ਜੀ ਜਿਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦਵਾਂਗਾ। ਤੋਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸ ਦੇ ਵਿੱਚ ਸੈਲਰੀ ਦੀ ਵਗੈਰ ਮੈਂ ਗੱਲ ਕਰਾਂ 45000 ਤੱਕ ਤੁਹਾਡੀ ਰਹਿਣ ਵਾਲੀ ਹੈ ਜੀ ਅਲੱਗ- ਫਰਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਹੋਰ ਵੀ ਕਈ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਜਾ ਕੇ ਟਾਈਪ ਕਰਨਾ ਹੈ meeteacademy.xz ਔਰ ਫਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ DDG ਮਿਲ ਜਾਂਦੀ ਹੈ ਉੱਥੋਂ ਤੁਸੀਂ ਸਾਰੇ ਇਹੀ ਅਪਡੇਟ ਜਿਹੜੇ ਨੇ ਜੋਬ ਰਿਲੇਟਡ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੋਰ ਕਈ ਵੈਕ ਸੋ ਚਲੋ ਲੈ ਚੱਲਦਾ ਤੁਹਾਨੂੰ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਜੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਾਂ ਲੇਕਿਨ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ ਉੱਥੇ ਤੁਸੀਂ ਜਿਹੜਾ ਹੈ ਜੀ ਆਪਣੀ ਟਰਾਈ ਕਰਕੇ ਡਾਊਨਲੋਡ ਕਰਕੇ ਜਿਹੜੇ ਪੀਡੀਐਫ ਫਾਰਮੈਟ ਹੈ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਪਾ ਰਹੇ ਹੋ ਜੀ ਇਹ ਜਿਹੜੇ ਹੈਗਾ ਇਹ ਐਪਲੀਕੇਸ਼ਨ ਫਾਰਮ ਹੈ ਜਿਹਨੂੰ ਤੁਸੀਂ ਫਿਲ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸ਼ੇਅਰ ਕਰਨਾ ਹੋਏਗਾ ਇਹ ਪੂਰਾ ਫਾਰਮ ਜਿਹੜਾ ਤੁਹਾਨੂੰ ਫਿਲ ਖੁਦ ਕਰਨਾ ਪਏਗਾ ਜਿਸ ਵਿੱਚ ਰੀਸੈਂਟਲੀ ਖਿੱਚਵਾਈ ਹੋਈ ਪਾਸਪੋਰਟ ਸਾਈਜ਼ ਫੋਟੋਗ੍ਰਾਫ ਉਸ ਤੋਂ ਬਾਅਦ ਨੇਮ ਡੇਟ ਆਫ ਬਰਥ ਸਿਟੀਜ਼ਨਸ਼ਿਪ ਦਾ ਸਟੇਟਸ ਲਿਖਣਾ ਜੈਂਡਰ ਠੀਕ ਹੈ ਜੀ ਮੈਰਟਲ ਸਟੇਟਸ ਲਿਖਣਾ ਤੁਸੀਂ ਰਿਲੀਜੀਅਨ ਲਿਖਣਾ ਆਪਣਾ ਪਰਮਨੈਂਟ ਹਾਊਸ ਐਡਰੈਸ ਲਿਖਣਾ ਬਾਕੀ ਸਾਰੀ ਡਿਟੇਲ ਇੱਥੇ ਫਿਲ ਕਰਕੇ ਤੁਸੀਂ ਸਿਗਨੇਚਰ ਕਰਨੇ ਹੋਣਗੇ ਜੀ ਔਰ ਇਹਨੇ ਦਿੱਤੇ ਗਏ ਐਡਰੈਸ ਦੇ ਉੱਪਰ ਵਿੱਚ ਤੁਹਾਡੇ ਬਾਕੀ ਡਾਕੂਮੈਂਟ ਲਗਾ ਕੇ ਸ਼ੇਅਰ ਕਰ ਦੋਗੇ ਬਾਕੀ ਉਹਨਾਂ ਤੁਹਾਨੂੰ ਲੈ ਚੱਲਣਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਉਹ ਫਿਰ ਦੱਸਦਾ ਕਿਹੜੀ ਕਿਹੜੀ ਵੈਕੈਂਸੀ ਜਿਹੜੀਆਂ ਨੇ ਆਊਟ ਹੋਈਆਂ ਨੇ ਇਹ ਵੈਕੈਂਸੀ ਜਿਹੜੀਆਂ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵੱਲੋਂ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਅਗਰ ਪੋਸਟ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਸਾਇੰਟਿਫਿਕ ਅਸਿਸਟੈਂਟ ਦੀ ਵੈਕੈਂਸੀਸ ਆਊਟ ਕੀਤੀ ਗਈਆਂ ਨੇ ਟੋਟਲ 4 ਪੋਸਟਾਂ ਨੇ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਜੀ ਬੀਟੈਕ ਜਿਨ੍ਹਾਂ ਨੇ ਕੀਤੀ ਹੋਈ ਹੈ ਐਮਐਸਸੀ ਦੇ ਵਿੱਚ ਠੀਕ ਹੈ ਜੀ ਉਹ ਘੱਟੋ ਘੱਟ 55% ਮਾਰਕ ਦੇ ਨਾਲ ਠੀਕ ਹੈ ਜੀ ਤਾਂ ਤੁਸੀਂ ਅਪਲਾਈ ਇਹਦੇ ਲਈ ਕਰ ਸਕਦੇ ਹੋ ਜੀ 35 ਸਾਲ ਤੱਕ ਦੇ ਕੈਂਡੀਡੇਟ ਨੇ ਐਲੀਜੀਬਲ ਨੇ ਨੀਚੇ ਐਕਸਪੀਰੀਅੰਸ ਮੈਂਸ਼ਨਡ ਹੈ ਜੀ 45000 ਪਰ ਮੰਥ ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਜਿਹੜੇ ਜਿਹੜੇ ਕੈਂਡੀਡੇਟ एलिजिਬਲ ਨੇ ਉਹਨਾਂ ਪ੍ਰੋਪਰ ਲਿਖਿਆ ਹੋਇਆ ਹੈ ਜੀ ਬੀ ਬੀ ਟੈਕ ਐਮ ਐਸ ਸੀ ਜਿਨ੍ਹਾਂ ਨੇ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ ਜੀ 3 ਸਾਲ ਦਾ ਰੈਲੇਵੈਂਟ ਐਕਸਪੀਰੀਅੰਸ ਮੰਗਿਆ ਹੋਇਆ ਹੈ ਉਹਨਾਂ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸੋ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਲਾਸਟ ਡੇਟ 17 3 2022 ਤੱਕ ਪਾਸ਼ਾਮ 5 ਵੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਟਰਮਸ ਐਂਡ ਕੰਡੀਸ਼ਨ ਬਾਕੀ ਡਿਟੇਲ ਨੀਚੇ ਮੈਂਸ਼ਨਡ ਨੇ ਇਸ ਦੇ ਵਿੱਚ ਤੁਹਾਡੇ ਜਿਹੜਾ ਐਕਸਪੀਰੀਅੰਸ ਹੋਏਗਾ ਉਹ ਤੁਸੀਂ ਮੈਂਸ਼ਨ ਕਰਕੇ ਭੇਜਣਾ ਹੈ ਜੀ ਏ ਰਿਲੈਕਸੇਸ਼ਨ ਵੀ ਦਿੱਤੀ ਜਾਏਗੀ ਤੁਹਾਨੂੰ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਕਿ ਬਾਕੀ ਜਿਹੜੀ ਡਿਟੇਲਸ ਨੇ ਜਿੱਦਾਂ ਕਿ ਅਪਲਾਈ ਕਿਦਾਂ ਕਰਨਾ ਪ੍ਰੋਪਰ ਪ੍ਰੋਸੈਸ ਵੀ ਲਿਖਿਆ ਹੋਇਆ ਹੈ ਕੋਈ ਚੀਜ਼ ਮਿਸ ਕਰਦੇ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਪੜ੍ਹ ਕੇ ਇੱਥੇ ਜਿਹੜਾ ਅਪਲਾਈ ਕਰ ਸਕਦੇ ਹੋ ਭੇਜਣਾ ਹੋਏਗਾ ਜਿਹੜਾ ਤੁਸੀਂ ਆਪਣਾ ਪੋਸਟਲ ਥਰੂ ਉਹ ਭੇਜਣਾ ਤੁਸੀਂ ਇੰਸਟੀ ਠੀਕ ਹੈ ਜੀ ਮਨੋਲੀ ਮੁਹਾਲੀ ਪੰਜਾਬ ਇਹਦੇ ਵਿੱਚ ਤੁਸੀਂ ਇਹ ਸ਼ੇਅਰ ਜਿਹੜਾ ਜਿਉ ਕਰਨਾ ਹੋਏਗਾ ਜੀ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਆਈਸਰ ਮੁਹਾਲੀ ਵੱਲੋਂ ਆਊਟ ਕੀਤਾ ਗਿਆ ਸੋ ਇਸੇ ਤਰ੍ਹਾਂ ਤੁਸੀਂ ਅਪਲਾਈ ਕਰ ਲੈਣਾ ਜੀ ਕਿਸੇ ਤਰ੍ਹਾਂ ਦਾ ਹੋਰ ਤੁਹਾਨੂੰ ਡਾਊਟ ਮਿਲਦਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੀ ਹਰ ਵਾਰ ਦੀ ਤਰ੍ਹਾਂ ਨਵੇਂ-ਨਵੇਂ ਵੈਕੈਂਸੀਸ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਮਿਲਾਂਗੇ ਨਵੇਂ ਨੋਟੀਫਿਕੇਸ਼ਨ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ